हाँ जी दोस्तों, स्वागत है पिंड तड़का टीवी चैनल ते। अज वाली वीडियो दे विच आपां तुहाडे लई लैके आए हां मक्खियां ते मच्छर तों छुटकारा पाउण वाला नुकता। जिवें कि आपां नूं पता ही है वी आउण वाला टाइम हुण अगे जिहड़ा आउणा है इहदे विच मक्खी ते मच्छर ने पशु नूं बहुत ज्यादा तंग करना है। आपां इस तों पहलां इक चेचण वाली वीडियो वी बनाई है, कल आपां वीडियो नूं लास्ट तक देखियो, लास्ट ਤੇ ਆਪਾਂ ਵੀਡੀਓ ਦਾ ਉੱਪਰ ਲਿੰਕ ਵੀ ਲਾਵਾਂਗੇ। ਲਿੰਕ ਦੇ ਉੱਪਰ ਟੱਚ ਕਰਕੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਵੀ ਕਿਵੇਂ ਚਿੱਚੜਾਂ ਦਾ ਛੁਟਕਾਰਾ ਪਾਉਣਾ ਹੈ। ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੱਖੀ, ਮੱਛਰ ਤੇ ਜੂੰ ਇਨ੍ਹਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਬਾਰੇ ਦੱਸਾਂਗੇ ਵੀ ਕੀ ਨੁਕਤਾ ਹੈ, ਜਿਹੜੀਆਂ ਚੀਜ਼ਾਂ ਆਪਾਂ ਇਸ ਨੁਕਤੇ ਦੇ ਵਿੱਚ ਵਰਤਣੀਆਂ ਉਹ ਸਾਰੀਆਂ ਦੀਆਂ ਸਾਰੀਆਂ ਇਹ ਚੀਜ਼ਾਂ ਆਪਣੇ ਘਰੇ ਮਿਲ ਜਾਣਗੀਆਂ ਆਸਾਨੀ ਦੇ ਨਾਲ। ਆ ਜਾਓ ਨਾ, ਆਪਾਂ ਜ਼ਿਆਦਾ ਟਾਈਮ ਨਾ ਲਈਏ ਤਾਂ ਤੁਹਾਨੂੰ ਆਪਾਂ ਨੁਕਤਾ ਦੱਸਦੇ ਹਾਂ। ਚੰਗੀ ਤਰ੍ਹਾਂ ਨੋਟ ਕਰ ਲਿਓ ਨੁਕਤਾ, ਪੈਨ ਕਾਪੀ ਨੇੜੇ ਕਰ ਲਓ ਤੇ ਆ ਜਾਓ ਆਪਾਂ ਤੁਹਾਨੂੰ ਨੁਕਤੇ ਬਾਰੇ ਦੱਸੀਏ। ਨੁਕਤਾ ਦੱਸਣ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਨਿੱਕੀ ਜੀ ਹੋਰ ਗੱਲ ਦੱਸ ਦਿਆਂ, ਜੇ ਆਪਣੇ ਪਸ਼ੂਆਂ ਵਾਲੇ ਪਾਸੇ ਜਿਹੜੇ ਵੀਰਾਂ ਕੋਲੇ ਪਸ਼ੂਆਂ ਵਾਲੀ ਜਗ੍ਹਾ ਹੈਗੀ ਹੈ, ਚੰਗੀ ਜਗ੍ਹਾ ਖੁੱਲੀ ਡੁੱਲੀ ਹੈਗੀ ਹੈ ਜਗ੍ਹਾ, ਤਾਂ ਆਪਾਂ ਕੀ ਕਰਨਾ, ਉੱਥੇ ਆਪਾਂ ਚਾਰ ਤਰ੍ਹਾਂ ਦੇ ਪੌਦੇ ਤੇ ਦਰਖਤ ਲਾਉਣੇ ਆ। ਕਿਹੜੇ ਕਿਹੜੇ ਲਾਉਣੇ ਆ? ਇੱਕ ਤਾਂ ਨਿੰਮ, ਇੱਕ ਸੁਹੰਜਣਾ, ਇੱਕ ਪੁਦੀਨਾ ਤੇ ਇੱਕ ਤੁਲਸੀ। ਜੇ ਇਹ ਚਾਰੇ ਚੀਜ਼ਾਂ ਪਸ਼ੂਆਂ ਵਾਲੇ ਵਿੱਚ ਹੈਗੀਆਂ ਜਿੱਥੇ ਆਪਣੇ ਪਸ਼ੂ ਰੱਖੇ ਹੋਏ ਆ, ਤਾਂ ਉੱਥੇ ਮੱਖੀ ਮੱਛਰ ਛੇਤੀ ਨਹੀਂ ਆਉਂਦਾ, ਜਿਹਨੇ ਸਮੈਲ ਦੇ ਨਾਲ ਬਹੁਤ ਘੱਟ ਆਉਂਦਾ। ਤੇ ਹੁਣ ਆਪਾਂ ਤੁਹਾਨੂੰ ਨੁਕਤਾ ਲਿਖਾਉਂਦੇ ਆ, ਜਿਹੜੀ ਜਿਹੜੀ ਚੀਜ਼ ਆਪਾਂ ਦੱਸਾਂਗੇ ਤੁਹਾਨੂੰ, ਇਹ ਸਾਰੀਆਂ ਸਾਰੀਆਂ ਚੀਜ਼ਾਂ ਦੀਆਂ ਆਪਾਂ ਦੋ ਦੋ ਮੁੱਠੀਆਂ ਲੈਣੀਆਂ। ਆਪਾਂ ਪਹਿਲਾਂ ਵੀ ਦੱਸਦੇ ਆ, ਨਾਲ ਨਾਲ ਵੀ ਦੱਸਾਂਗੇ, ਦੋ ਮੁੱਠੀਆਂ ਨਿੰਮ ਦੇ ਪੱਤੇ, ਦੋ ਮੁੱਠੀਆਂ ਗਟੋਲੀਆਂ, ਦੋ ਮੁੱਠੀਆਂ ਸਫੈਦੇ ਦੇ ਪੱਤੇ, ਦੋ ਮੁੱਠੀਆਂ ਪੁਦੀਨਾ, ਦੋ ਮੁੱਠੀਆਂ ਤੁਲਸੀ, ਇੱਕ ਗੰਢੀ ਲਸਣ ਦੀ। ਲਸਣ ਦੀ ਗੰਢੀ ਆਪਾਂ ਇਕੱਲੀ ਉਹ ਨਹੀਂ ਲੈਣੀ, ਜਾਣਾ ਸਾਫ ਤਾਂ ਫੁੱਲ ਲੈਣਾ। ਇੱਕ ਵਿੱਚ ਦੇ ਵਿੱਚ ਆਪਾਂ 3 ਕ ਚਮਚੇ ਹਲਦੀ ਦੇ ਪਾ ਲੈਣੇ ਆ। ਹਲਦੀ ਪਾ ਕੇ ਇਹਨੂੰ ਆਪਾਂ ਨਾ ਹਲਕਾ ਜਿਹਾ, ਹਲਕ ਬਾਲਾ ਨਹੀਂ ਕੁੱਟਣੀ, ਹਲਕਾ ਜਿਹਾ ਕੁੱਟ ਲੈਣਾ ਆਪਾਂ ਕੁੰਡੇ 'ਚ, ਥੋੜਾ ਜਿਹਾ ਹਲਕਾ ਜਿਹਾ ਕੁੱਟ ਕੇ ਕੁੰਡੇ ਦੇ ਵਿੱਚ 5 ਕੁ ਲੀਟਰ ਪਾਣੀ ਦੇ ਵਿੱਚ ਆਪਾਂ ਇਹਨੂੰ ਬਾਲਣਾ। 15-20 ਮਿੰਟ ਤੱਕ ਬਾਲ ਕੇ, ਪਾਣੀ ਥੋੜਾ ਥੋੜਾ ਹਰਾ ਜਿਹਾ ਹੋ ਜਾਊਗਾ, 15-20 ਮਿੰਟ ਤੱਕ ਬਾਲ ਲਿਓ। ਬਾਲਣ ਤੋਂ ਬਾਅਦ ਇਹਨੂੰ ਲਾਹ ਕੇ ਥੱਲੇ ਠੰਡਾ ਕਰ ਲੈਣਾ। ਜਦੋਂ ਪਾਣੀ ਠੰਡਾ ਹੋ ਗਿਆ ਤਾਂ ਇਹਦੇ ਵਿੱਚ ਆਪਾਂ 3 ਕੁ ਚਮਚੇ ਲੂਣ ਦੇ ਪਾ ਲੈਣੇ ਆ। 3 ਕੁ ਚਮਚੇ ਲੂਣ ਦੇ ਪਾ ਕੇ ਇਸ ਪਾਣੀ ਨੂੰ ਆਪਣੇ ਜਿਵੇਂ ਆਪਣੇ ਮਾਰਕੀਟ ਦੇ ਵਿੱਚ ਮਿਲ ਜਾਂਦਾ ਉਹ ਛਿੜਕਣ ਵਾਲਾ ਫੁਹਾਰਾ, ਹਨਾ, ਉਹਦੇ ਵਿੱਚ ਪਾ ਕੇ ਆਪਾਂ ਪਸ਼ੂਆਂ ਤੇ ਹਫ਼ਤੇ ਦੇ ਵਿੱਚ 1 ਜਾਂ 2 ਵਾਰ, ਵੱਧ ਤੋਂ ਵੱਧ 2 ਵਾਰ ਕਰ ਸਕਦੇ ਨੇ, 1 ਵਾਰੀ ਬਹੁਤ ਹੈ। ਹਫ਼ਤੇ ਦੇ ਵਿੱਚ ਆਪਾਂ 1 ਵਾਰ ਇਹਦਾ ਛਿੜਕਾਅ ਕਰਨਾ ਪਸ਼ੂਆਂ ਤੇ, ਪਸ਼ੂਆਂ ਦੇ ਉੱਪਰ ਵੀ ਛਿੜਕਾਅ ਕਰਨਾ ਤੇ ਪਸ਼ੂਆਂ ਦੇ ਥੱਲੇ ਆਸੇ ਪਾਸੇ ਖੁਰਲੀਆਂ ਤੇ ਜਿੱਥੇ ਜਿੱਥੇ ਜਾਣੀ ਦੀ ਮੱਛਰ ਮੱਖੀ ਚਿੱਚੜ ਰਹਿ ਸਕਦਾ। ਇਹ ਚਿੱਚੜਾਂ ਵਾਸਤੇ ਵੀ ਬਹੁਤ ਵਧੀਆ, ਵਧੀਆ ਅਸਰ ਕਰੂਗਾ, ਇਹ ਚਿੱਚੜਾਂ ਦੀ ਵੀ ਬਹੁਤ ਮਾਤਰਾ ਘਟਾ ਦੋ। ਇਹ ਚੰਗੀ ਤਰ੍ਹਾਂ ਆਪਾਂ ਪਸ਼ੂਆਂ ਦੇ ਸਾਰੇ ਵਿਹੜੇ ਦੇ ਵਿੱਚ ਛਿੜਕਾਅ ਕਰਨਾ, ਇਹਦਾ ਪਸ਼ੂਆਂ ਦੇ ਉੱਪਰ ਨਵਾ ਕੇ ਇਹਨੂੰ ਤੇ ਪਸ਼ੂਆਂ ਦੇ ਉੱਪਰ ਛਿੜਕਾਅ ਕਰਨਾ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਪਸ਼ੂਆਂ ਦੇ ਲਈ ਮੱਖੀ ਮੱਛਰ ਇੰਨਾ ਕਿ ਜ਼ਿਆਦਾ ਨੁਕਸਾਨ ਕਰਦਾ ਨਾ ਪਸ਼ੂਆਂ ਦਾ, ਬਿਮਾਰ ਵੀ ਪਸ਼ੂ ਬਹੁਤ ਜ਼ਿਆਦਾ ਹੁੰਦੇ ਆ ਮੱਖੀ ਮੱਛਰ ਦੇ ਨਾਲ, ਤੇ ਪਸ਼ੂ ਸਾਰੀ ਸਾਰੀ ਰਾਤ ਸਾਰਾ ਦਿਨ ਪਸ਼ੂ ਨੂੰ ਬੈਠਣਾ ਔਖਾ ਹੋ ਜਾਂਦਾ, ਆਰਾਮ ਨਹੀਂ ਕਰ ਸਕਦਾ ਪਸ਼ੂ, ਜਿਹਦੇ ਨਾਲ ਜਦੋਂ ਪਸ਼ੂ ਨੂੰ ਆਰਾਮ ਨਾ ਕੀਤਾ ਬਿਮਾਰ ਵੀ ਹੋਊਗਾ, ਦੁੱਧ ਵੀ ਘਟੂਗਾ, ਬਿਮਾਰੀਆਂ ਲੱਗਣਗੀਆਂ, ਸਾਰਾ ਕੁਝ ਹੀ ਨੁਕਸਾਨ ਵਾਲਾ ਕੰਮ ਹੈ। ਤੇ ਆਪਾਂ ਇਹ ਨੁਕਤਾ ਅਜਮਾ ਸਕਦੇ ਹਾਂ, ਥੋੜਾ ਜਿਹਾ ਆਪਾਂ ਡਿਟੇਲ 'ਚ ਦੱਸ ਦਈਏ। ਨਿੰਮ ਦਾ ਪਤਾ ਹੈ, ਗਟੋਲੀਆਂ ਕਹੇ ਏਰੀਏ ਦੇ ਵਿੱਚ ਗਟੋਲੀਆਂ ਨੂੰ ਨਮੋਲੀਆਂ ਕਹਿ ਦਿੰਦੇ ਆ, ਜਿਹੜੀਆਂ ਆਪਣੀਆਂ ਨਿੰਮ ਦੇ ਉੱਪਰ ਲੱਗਦੀਆਂ ਨਾ ਗਟੋਲੀਆਂ ਨਮੋਲੀਆਂ, ਉਹ ਚੀਜ਼ ਦੱਸੀ ਸੀ ਆਪਾਂ ਵੀ, ਦੋ ਮੁੱਠੀਆਂ ਪੱਤੇ ਨਿੰਮ ਦੇ, ਦੋ ਮੁੱਠੀਆਂ ਗਟੋਲੀਆਂ
ਦੋ ਮੁੱਠੀਆਂ ਪੁਦੀਨੇ ਦੀਆਂ, ਦੋ ਮੁੱਠੀਆਂ ਤੁਲਸੀ ਦੇ ਪੱਤਿਆਂ ਦੀਆਂ, ਦੋ ਮੁੱਠੀਆਂ ਸਫੈਦੇ ਦੇ ਪੱਤਿਆਂ ਦੀਆਂ, ਇੱਕ ਲਸਣ ਦੀ ਗੰਢੀ ਤੇ 3 ਚਮਚੇ ਹਲਦੀ ਦੇ। ਤੇ ਬਾਕੀ ਆਪਾਂ ਤੁਹਾਨੂੰ ਪਹਿਲਾਂ ਦੱਸਤਾ, ਆਪਾਂ ਜ਼ਿਆਦਾ ਟਾਈਮ ਨਹੀਂ ਉਹ ਕਰਨਾ ਹੈਗਾ। ਤੇ ਇਦੋਂ ਅੱਗੇ ਆਪਾਂ ਦੱਸਦੇ ਹਾਂ ਮੱਛਰ ਬਾਰੇ। ਜਿਵੇਂ ਰਾਤ ਨੂੰ ਮੱਛਰ ਆ ਜਾਂਦਾ ਹੈ, ਤਾਂ ਮੱਛਰ ਤੋਂ ਛੁਟਕਾਰਾ ਪਾਉਣ ਦੇ ਲਈ ਆਪਾਂ ਕੀ ਕਰ ਸਕਦੇ ਹਾਂ? ਨਿੰਮ ਦੇ ਪੱਤਿਆਂ ਦੀ ਤੇ ਸਫੈਦੇ ਦੇ ਪੱਤਿਆਂ ਦੀ ਆਪਾਂ ਧੂਣੀ ਪਾ ਸਕਦੇ ਹਾਂ, ਜਿਹਦੇ ਨਾਲ ਜਿਹਦੀ ਕੀ ਸਮੈਲ ਦੇ ਨਾਲ ਮੱਛਰ ਛੇਤੀ ਆਉਂਦਾ ਨੀਗਾ। ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਤੇ ਇੱਕ ਵੀਰ ਨੇ ਮੈਨੂੰ ਕਮੈਂਟ ਵੀ ਕਰਿਆ, ਕਹਿੰਦਾ ਬਾਈ ਨੰਬਰ ਪਾਇਆ ਕਰੋ। ਤਾਂ ਨੰਬਰ ਮੈਂ ਮਾਫੀ ਚਾਹੁੰਦਾ, ਕੁਛ ਵੀਡੀਓ ਦੇ ਵਿੱਚ ਨਹੀਂ ਪਾਇਆ। ਤਾਂ ਕਿਉਂ ਨਹੀਂ ਪਾਇਆ? ਕਿਉਂਕਿ ਵੀਡੀਓ ਬਣਾਉਣੀ ਹੁੰਦੀ ਹੈ ਜਾਂ ਘਰ ਦੇ ਕੰਮ ਕਾਰ ਕਰਨੇ ਹੁੰਦੇ ਆ, ਤਾਂ ਕਰਕੇ ਕਈਆਂ ਵੀਰਾਂ ਦਾ ਫੋਨ ਨਹੀਂ ਚੱਕਿਆ ਜਾਂਦਾ। ਤਾਂ ਮੇਰੇ ਦਿਲ 'ਚ ਐਂ ਹੁੰਦਾ ਵੀ ਯਾਰ ਬਾਈ ਐਂ ਨਾ ਕਹਿ ਦੇਣ ਵੀ ਅਸੀਂ ਫੋਨ ਲਾਈ ਗਏ, ਬਸ ਨੰਬਰ ਤਾਂ ਬਾਈ ਨੇ ਦੇ ਦਿੱਤਾ ਪਰ ਫੋਨ ਚੱਕਦਾ ਨੀਗਾ। ਉਸ ਲਈ ਮੈਂ ਮਾਫੀ ਚਾਹੁੰਦਾ ਬਾਈ, ਘਰੇ ਕੰਮ ਕਾਰਾਂ 'ਚ ਜਾਂ ਤੁਹਾਡੇ ਲਈ ਵੀਡੀਓ ਤਿਆਰ ਕਰਨੀ ਹੁੰਦੀ ਆ ਨਾ, ਇਹਦੇ ਕਰਕੇ ਵੀ ਟਾਈਮ, ਇਹ ਵੀਡੀਓ ਵੀ ਟਾਈਮ ਖਾ ਜਾਂਦੀ ਹੈ, ਐਡਿਟ ਵਗੈਰਾ ਵੀ ਕਰਨੀ ਪੈਂਦੀ ਹੈ, ਤਾਂ ਕਰਕੇ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ। ਤਾਂ ਇੱਕ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਫੋਨ ਤੁਸੀਂ ਸਵੇਰ 9-10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਲਾਇਆ ਕਰੋ, ਕਿਉਂਕਿ ਇੰਨੇ ਟਾਈਮ ਦੇ ਵਿੱਚ ਮੈਂ ਤੁਹਾਡੇ ਲਈ ਫੋਨਾਂ ਦੇ ਲਈ ਹਾਜ਼ਰ ਹੋ ਸਕਦਾ ਹੈ। ਕਿਉਂਕਿ ਉਦੋਂ ਪਹਿਲਾਂ ਵੀ ਮੈਂ ਕੰਟੈਕਟ ਲੈਣਾ ਹੁੰਦਾ ਕਿਤੇ ਨਾ ਕਿਤੇ, ਸੋਸ਼ਲ ਮੀਡੀਆ ਤੋਂ ਲੈਣਾ, ਕਿਤੇ ਆਸੇ ਪਾਸੇ ਤੋਂ ਕਿਸੇ ਤੋਂ ਚੰਗੇ ਜਿਹੜੇ ਪਸ਼ੂ ਪਾਲਕ ਹੈ ਉਹਨਾਂ ਤੋਂ ਜਾਣਕਾਰੀ ਲੈਣੀ ਹੁੰਦੀ ਹੈ ਵੀ ਕਿਹੜੀ ਨੁਕਤਾ ਵੀ ਕਿਹੜੀ ਬਿਮਾਰੀ ਵਾਸਤੇ ਕਿਹੜਾ ਨੁਕਤਾ ਕੰਮ ਕਰ ਸਕਦਾ ਹੈ ਨਾ। ਤਾਂ ਮੈਂ ਸ਼ਾਮ ਨੂੰ 5 ਤੋਂ ਬਾਅਦ ਫਿਰ ਮੈਂ ਵੀਡੀਓ ਬਣਾ ਕੇ ਐਡੀਟਿੰਗ ਵਗੈਰਾ ਵੀ ਕਰਨੀ ਹੁੰਦੀ ਹੈ ਵੀ ਤੁਹਾਡੇ ਲਈ ਸੁਬਾ ਵੀਡੀਓ ਲੈ ਕੇ ਆ ਸਕਾਂ ਨਾ। ਤਾਂ ਕਰਕੇ ਮੈਂ ਬੇਨਤੀ ਕਰਦਾ ਵੀ 10 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਫੋਨ ਲਾ ਲਿਆ ਕਰੋ, ਤੇ ਮੈਂ ਉਸ ਟਾਈਮ ਤੇ ਕੋਸ਼ਿਸ਼ ਕਰਿਆ ਕਰੂੰ ਵੱਧ ਤੋਂ ਵੱਧ ਵੀ ਤੁਹਾਡਾ ਮੈਂ ਫੋਨ ਚੱਕ ਸਕਾਂ। ਜੇ ਤੁਹਾਡੇ ਕੋਲ ਕੋਈ ਨੁਕਤਾ ਤਾਂ ਜ਼ਰੂਰ ਦੱਸਿਆ ਕਰੋ, ਮੈਸੇਜ ਕਰਦਾ ਕਰੋ, ਵਟਸਐਪ ਤੇ ਕਮੈਂਟ ਕਰਦਿਆ ਕਰੋ। ਨੰਬਰ ਮੈਂ ਤੁਹਾਨੂੰ ਬੋਲ ਦਿੰਦਾ, 9987828258 ਮੇਰਾ ਨੰਬਰ ਹੈ, ਜੀਵਨ ਮੇਰਾ ਨਾਂ ਹੈਗਾ, ਪਿੰਡ ਮੇਰਾ ਬੁਰਜ ਲੱਦਾ, ਜ਼ਿਲ੍ਹਾ ਬਠਿੰਡਾ। ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਦੇ ਵਿੱਚ ਵੀ ਕਹਿੰਦਾ ਮੈਂ ਕੋਈ ਡਾਕਟਰ ਨਹੀਂ, ਮੈਂ ਕੋਈ ਵੈਦ ਨਹੀਂ ਗਾ, ਮੈਂ ਨੁਕਤੇ ਉਹੀ ਦੱਸਦਾ ਜਿਹੜੇ ਮੈਂ ਆਸੇ ਪਾਸੇ ਤੋਂ ਸੁਣਦਾ, ਪਸ਼ੂ ਪਾਲਕਾਂ ਤੋਂ ਲੈਂਦਾ ਜਾਂ ਮੈਂ ਕਈ ਆਪ ਨੁਕਤੇ ਜਮਾਏ ਹੁੰਦੇ ਆ ਉਹ ਜਾਂ ਸੋਸ਼ਲ ਮੀਡੀਆ ਤੋਂ ਲੈਂਦਾ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਕਿਸੇ ਨਾ ਕਿਸੇ ਦਾ ਭਲਾ ਹੋ ਸਕੇ। ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ, ਕਮੈਂਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ। ਮਿਲਦੇ ਹਾਂ ਨਵੇਂ ਨੁਕਤੇ ਦੇ ਨਾਲ, ਨਵੀਂ ਵੀਡੀਓ ਦੇ ਨਾਲ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ ਜੀ।